ਸਾਹਿਕਾਲ ਜੀ ਤੁਸੀਂ ਦੇਖ ਰਹੇ ਹੋ ਗੁਰੂ ਨਾਨਕ ਸੋਲਰ ਅੱਜ ਤਾਂ ਦਿਖਾਉਣ ਜਾ ਰਹੇ ਇੱਕ ਵਾਟਰ ਹੀਟਰ ਦੀ ਫਿਟਿੰਗ ਔਰ ਜਿਹੜਾ ਇੱਥੇ ਬ੍ਰਾਂਡ ਯੂਜ਼ ਕਰ ਰਹੇ ਆ ਸਨ ਸਟੈਲਰ ਬ੍ਰਾਂਡ ਯੂਜ਼ ਹੋ ਰਿਹਾ ਔਰ ਇੱਥੇ 2200 ਲੀਟਰ ਦੇ ਦੋ ਜਿਹੜੇ ਗੀਜ਼ਰ ਆਪਾਂ ਫਿਟ ਕਰ ਰਹੇ ਹਾਂ ਫਤਿਹਗੜ ਚੂੜੀਆਂ ਦੇ ਵਿੱਚ ਜਿਹੜੀ ਆ ਡਿਫਿਟਿੰਗ ਹੋ ਰਹੀ ਆ ਔਰ ਤੁਸੀਂ ਦੇਖ ਰਹੇ ਹੋ ਸਟੈਂਡ ਜਿਹੜਾ ਬਿਲਕੁਲ ਲੱਗ ਕੇ ਰੈਡੀ ਹੋ ਚੁੱਕਿਆ ਔਰ ਅਗਲਾ ਸਟੈਪ ਜਿਹੜਾ ਵਾ ਉਹ ਇੱਥੇ ਸ਼ੁਰੂ ਹੋਣਾ ਹੈ ਇਦਿਤ ਰੈਂਕਰ ਰੱਖਿਆ ਜਾਊਗਾ ਫਿਰ ਰੌਡਸ ਲੱਗਣਗੇ ਇਹਦੀ ਪੂਰੀ ਇੰਸਟਾਲੇਸ਼ਨ ਅਗਰ ਤੁਸੀਂ ਦੇਖਣੀ ਹੈ ਦੀਦੀ ਪੂਰੀ ਇੰਸਟਾਲੇਸ਼ਨ ਦੀ ਵੀਡੀਓ ਕਾਫੀ ਪਹਿਲਾਂ ਮੈਂ ਪਾ ਚੁੱਕਾ ਹਾਂ ਉਹਦੇ ਤੁਸੀਂ ਇਹਦੀ ਪੂਰੀ ਇੰਸਟਾਲੇਸ਼ਨ ਦੇਖ ਸਕਦੇ ਹੋ ਅੱਜ ਆਪਾਂ ਗੱਲ ਕਰਾਂਗੇ ਸਿਰਫ ਬੇਸਿਕ ਇਹਦੀ ਨੌਲੇਜ ਦੀ ਕਿ ਗੀਜ਼ਰ ਦੀ ਕੀ ਬੇਸਿਕ ਫੰਕਸ਼ਨਿੰਗ ਹੁੰਦੀ ਹੈ ਔਰ ਉਹਦੇ ਬਾਰੇ ਹੀ ਜ਼ਿਆਦਾ ਡਿਟੇਲ ਚ ਗੱਲ ਕਰਾਂਗੇ ਇਹ ਜਿਹੜਾ ਆਪਾਂ ਇੱਥੇ ਲਗਾ ਰਹੇ ਹਾਂ ਇਹ 500 ਲੀਟਰ ਦੀ ਕਸਟਮਰ ਦੀ ਡਿਮਾਂਡ ਸੀਗੀ ਔਰ 500 ਲੀਟਰ ਦੀ ਜਗ੍ਹਾ ਆਪਾਂ ਇੱਥੇ 400 ਲੀਟਰ ਲਗਾ ਰਹੇ ਹਾਂ 200 ਪਲੱਸ 200 ਔਰ 200 ਪਲਸ 200 ਦਾ ਬੈਨੀਫਿਟ ਕੀ ਨਿਕਲ ਕੇ ਆਂਦਾ ਹੈ ਚਾਹੇ ਆਪਾਂ 300 ਲਗਾਣਾ ਹੈ 200 ਪਲਸ 100 ਵੀ ਲਗਾ ਦਈਏ ਉਹ ਵੀ ਬਹੁਤ ਵਧੀਆ ਰਿਜ਼ਲਟ ਲੈ ਕੇ ਆਂਦਾ ਕਿਉਂਕਿ ਹੁੰਦਾ ਕੀ ਹੈ ਕਿ ਜਦੋਂ ਆਪਾਂ ਕੋਈ ਵੀ ਗਰਮ ਪਾਣੀ ਟੈਂਕ ਦੇ ਵਿੱਚੋਂ ਕੱਢਦੇ ਆਂ ਤੇ ਉਹਦੇ ਨਾਲ ਨਾਲ ਉਹਦੇ ਵਿੱਚ ਠੰਡਾ ਪਾਣੀ ਵੀ ਮਿਕਸ ਹੁੰਦਾ ਰਹਿੰਦਾ ਹੈ ਔਰ ਜਦੋਂ ਇੱਕ ਟੈਂਕ ਦੇ ਵਿੱਚੋਂ ਆਪਾਂ ਠੰਡਾ ਪਾਣੀ ਮਿਕਸ ਹੋਊਗਾ ਤੇ ਗਰਮ ਪਾਣੀ ਦਾ ਲੈਵਲ ਜਿਹੜਾ ਉਹ ਘਟਦਾ ਜਾਊਗਾ ਠੀਕ ਹੈ ਇਸ ਲਈ ਜੇਕਰ ਦੋ ਟੈਂਕ ਮੈਨੇਜ ਕੀਤੇ ਹੋਣਗੇ ਤੇ ਕੀ ਹੋਏਗਾ ਕਿ ਪਹਿਲੇ ਟੈਂਕ ਦੇ ਵਿੱਚ ਠੰਡਾ ਪਾਣੀ ਆਣਾ ਉਹਦਾ ਪਾਣੀ ਨਿਕਲ ਕੇ ਦੂਸਰੇ ਟੈਂਕ ਦੇ ਵਿੱਚ ਜਾਣਾ ਹੈ ਤੇ ਫਿਰ ਦੂਸਰੇ ਪਾਣੀ ਚੋ ਗਰਮ ਪਾਣੀ ਜਿਹੜਾ ਬਾਹਰ ਨਿਕਲਣਾ ਹੈ ਇਹਦੇ ਨਾਲ ਬੈਨੀਫਿਟ ਕੀ ਹੁੰਦਾ ਕਿ ਜਿਹੜਾ ਪਹਿਲੇ ਟੈਂਕ ਦੇ ਵਿੱਚ ਠੰਡਾ ਪਾਣੀ ਮਿਕਸ ਹੋ ਰਿਹਾ ਹੈ ਉਹਦੇ ਜਿਹੜਾ ਆਊਟ ਹੋ ਰਿਹਾ ਉਹ ਗਰਮ ਹੀ ਆਊਟ ਹੋ ਰਿਹਾ ਔਰ ਦੂਸਰੇ ਟੈਂਕ ਦੇ ਵਿੱਚ ਜਿਹੜਾ ਐਂਟਰ ਕਰ ਰਿਹਾ ਉਹ ਗਰਮ ਪਾਣੀ ਹੀ ਐਂਟਰ ਕਰ ਰਿਹਾ ਔਰ ਜਦੋਂ ਦਿਨ ਦੇ ਵਿੱਚ ਥੋੜਾ ਜਿਹਾ ਵੀ ਕੋਸਾ ਪਾਣੀ ਅਗਰ ਉਹਨੂੰ ਮਿਲੇਗਾ ਉਹ ਹੋਰ ਜ਼ਿਆਦਾ ਉਹਨੂੰ ਗਰਮ ਕਰੂਗਾ ਯਾਨੀ ਕਿ ਸੈਕਿੰਡ ਟੈਂਕ ਦੇ ਵਿੱਚ ਐਵਰੀ ਟਾਈਮ ਸਾਡਾ ਗਰਮ ਪਾਣੀ ਮੈਕਸਿਮਮ ਟਾਈਮ ਜਿਹੜਾ ਸਰਵਾਈਵ ਕਰੂਗਾ ਇਸ ਲਈ ਚਾਹੇ ਉਹ 200 ਪਲੱਸ 100 ਲੱਗਾ ਹੈ ਉਹਦੇ ਨਾਲ ਵੀ 100 ਲੀਟਰ ਦਾ ਜਿਹੜਾ ਹੁੰਦਾ ਵਾ ਉਹਦੇ ਵਿੱਚ ਹਮੇਸ਼ਾ ਹੀ ਪਾਣੀ ਗਰਮ ਰਹਿੰਦਾ ਹੈ ਔਰ ਬਹੁਤ ਘੱਟ ਸਿਆਲ ਦੇ ਵਿੱਚ ਸਾਨੂੰ ਜਿਹੜੀ ਇਲੈਕਟ੍ਰਿਕ ਦੇਣੀ ਪੈਂਦੀ ਹੈ ਇਲੈਕਟ੍ਰਿਸਿਟੀ ਦੇ ਨਾਲ ਕੀ ਹੁੰਦਾ ਕਿ ਜੇ ਮੰਨ ਲਓ ਪਾਣੀ ਸਾਡਾ ਪੂਰਾ ਗਰਮ ਨਹੀਂ ਹੋ ਪਾਇਆ ਤੇ ਆਪਾਂ ਉਹਨੂੰ ਇਲੈਕਟ੍ਰਿਸਿਟੀ ਦੇ ਕੇ ਉਹਦੇ ਉੱਤੋਂ ਜਿਹੜਾ ਵਾ ਆਪਣਾ ਪਾਣੀ ਗਰਮ ਕਰ ਸਕਦੇ ਆ ਉਹ ਇਹ ਹੈ ਕਿ ਜੇ ਜਿੱਦਾਂ ਹੁਣ ਕੀ ਸਿਆਲ ਪੂਰਾ ਸ਼ੁਰੂ ਹੋ ਗਿਆ ਹੈ ਸਿਆਲ ਦੇ ਵਿੱਚ ਕਿ ਜ਼ਿਆਦਾ ਤੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਪੂਰਾ ਧੁੱਪ ਨਹੀਂ ਲੱਗਦੀ ਤੇ ਪਾਣੀ ਜਿਹੜਾ ਸਾਡਾ ਪੂਰਾ ਗਰਮ ਨਹੀਂ ਹੁੰਦਾ ਇਸ ਕਰਕੇ ਆਪਾਂ ਉਹਨੂੰ ਉਹਦੇ ਵਿੱਚ ਜਿਹੜਾ ਵਾ ਉਹ ਐਲੀਮੈਂਟ ਯੂਜ਼ ਕਰਨਾ ਪੈਂਦਾ ਹੈ ਔਰ ਅਗਰ ਇਹ ਟੈਕਨੋਲੋਜੀ ਨਾਲ ਆਪਾਂ 200 ਪਲੱਸ 100 ਚਾਹੇ 200 ਪਲੱਸ 200 ਚਾਹੇ 300 ਪਲੱਸ 200 ਲਗਾਣੇ ਆ ਤੁਹਾਡਾ ਪਾਣੀ ਦਾ ਗਰਮ ਰਹਿਣ ਦਾ ਕਾਫੀ ਜ਼ਿਆਦਾ ਵਾ ਉਹ ਰਹਿ ਜਾਂਦਾ ਹੈ ਹਾਂਜੀ ਬਾਕੀ ਕਿਸੇ ਨੇ ਵੀ ਹੋਰ ਬੇਸਿਕ ਜਾਣਕਾਰੀ ਲਈ ਸਾਡੇ ਨੰਬਰ ਥੱਲੇ ਦਿੱਤੇ ਹੋਏ ਆ ਸਾਨੂੰ ਕਾਲ ਕਰ ਸਕਦਾ ਹੈ ਇਹਦੀ ਇੰਸਟਾਲੇਸ਼ਨ ਦੀ ਹੈ ਪੂਰੀ ਵੀਡੀਓ ਦੇਖਣ ਲਈ ਸਾਡੇ ਚੈਨਲ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤੇ ਹੋਏ ਨੇ ਤੁਸੀਂ ਉਹ ਦੇਖ ਸਕਦੇ ਹੋ ਅਗਰ ਕਿਸੇ ਨੇ ਜ਼ਿਲ੍ਹਾ ਗੁਰਦਾਸਪੁਰ ਅੰਮ੍ਰਿਤਸਰ ਦੇ ਵਿੱਚ ਕਿਤੇ ਵੀ ਆ ਪਠਾਨਗੁਰ ਤੋਂ ਕਿਤੇ ਵੀ ਕਿਸੇ ਨੇ ਸਾਡੀ ਸਰਵਿਸ ਲੈਣੀ ਹੋਵੇ ਸਾਡੇ ਕੰਸਟਾਲ ਕਰਵਾਉਣਾ ਹੋਵੇ ਤੇ ਸਾਡੇ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਸਾਡੇ ਨਾਲ ਇਸ ਤੋਂ ਇਲਾਵਾ ਆਨ ਗ੍ਰਿਡ ਆਫ ਗ੍ਰਿਡ ਹਾਈਬ੍ਰਿਡ ਸਿਸਟਮ ਲਈ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਹਾਂਜੀ ਬਾਕੀ ਜਿਹੜੀ ਬੇਸਿਕ ਸੀਗੀ ਉਹ ਇਹਨੂੰ ਕਿਉਂ ਆਪਾਂ 200 ਪਲੱਸ 200 ਜਾਂ 100 ਪਲੱਸ 200 ਲਗਾਣੇ ਉਹ ਮੈਂ ਤੁਹਾਨੂੰ ਸਾਰਾ ਸਮਝਾਇਆ ਜਿੱਦ ਨਾਲ ਮੈਕਸਿਮਮ ਟਾਈਮ ਸਾਨੂੰ ਜਿਹੜਾ ਵਾ ਗਰਮ ਪਾਣੀ ਮਿਲਦਾ ਰਹੇਗਾ ਔਰ ਪਾਣੀ ਜਿਹੜਾ ਵਾ ਉਹ ਜਿੱਦਾਂ ਵੀ ਕਿਸੇ ਦੀ ਯੂਜ਼ਸ ਹੈਗੀ ਹੈ ਕਿੰਨੇ ਕਿਚਨਸ ਨੇ ਜੀ ਉਹਦੇ ਹਿਸਾਬ ਨਾਲ ਸਾਰਾ ਕੀਤਾ ਜਾਂਦਾ ਔਰ ਇਹਦੀ 에ਅਰ ਪਾਈਪ ਹੈ ਇਹਨੂੰ 에ਅਰ ਦੇਣ ਵਾਸਤੇ ਜੋ ਵੀ 에ਅਰ ਸਾਨੂੰ ਇਹਦੇ ਟੈਂਕੀ ਦੇ ਲੈਵਲ ਤੱਕ 에ਅਰ ਦੇਣੀ ਪੈਂਦੀ ਹੈ ਇਹਦਾ ਜੋ ਵੀ ਟੈਂਕੀ ਲੈਵਲ ਹੁੰਦਾ ਕਈ ਆਂਦੇ ਆ ਐਕਸਟਰਾ ਮੇਕਅਪ ਟੈਂਕ ਲੱਗੇ ਹੁੰਦੇ ਆ ਨਾਲ ਉਹ ਵੀ ਆਂਦੇ ਪਰ ਉਹਨਾਂ ਦਾ ਪਾਣੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਨਹੀਂ ਹੁੰਦਾ ਇਸ ਕਰਕੇ ਜਿਹੜਾ ਡਾਇਰੈਕਟ ਸਿੱਧਾ ਇਹ ਪਾਣੀ ਆਉਂਦਾ ਇਹਦੇ ਵਿੱਚ ਪਾਣੀ ਦਾ ਲੈਵਲ ਜਿਹੜਾ ਵਾ ਬਹੁਤ ਵਧੀਆ ਆਂਦਾ ਹੈ ਪਾਣੀ ਦਾ ਪ੍ਰੈਸ਼ਰ ਪੂਰਾ ਆਂਦਾ ਹੈ ਇਹ ਤੁਸੀਂ ਦੇਖ ਰਹੇ ਹੋ ਇੱਕ ਟੈਂਕੀ ਤੋਂ ਦੂਸਰੀ ਟੈਂਕੀ ਨੇੜਾ ਆਪਾਂ ਜੁਆਇੰਟ ਕੀਤਾ ਹੋਇਆ ਹੈ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ